ਫੂਡ ਸੇਫਟੀ ਵਿਭਾਗ ਦੇ ਵੱਲੋਂ ਇੱਕ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ, ਜਿੱਥੇ ਇੱਕ ਦੁਕਾਨ ਦੇ ਵਿੱਚੋਂ 35 ਕੁਇੰਟਲ ਦੇਸੀ ਘਿਓ ਜ਼ਬਤ ਕੀਤਾ ਗਿਆ, ਜਿਸ ਵਿੱਚ ਮਿਲਾਵਟ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਦਰਅਸਲ ਲੋਕਾਂ ਦੇ ਵੱਲੋਂ ਹੀ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇੱਕ ਦੁਕਾਨ ਦੇ ਵਿੱਚ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਅਤੇ ਅਚਨਚੇਤ ਛਾਪੇਮਾਰੀ ਕੀਤੀ ਜਾਂਦੀ ਹੈ, ਜਿਸ ਦੌਰਾਨ ਦੁਕਾਨ ਦੇ ਵਿੱਚ 35 ਕੁਇੰਟਲ ਘਿਓ ਦੇ ਡੱਬੇ ਪਏ ਹੋਏ ਸਨ, ਜਿਨ੍ਹਾਂ ਦੇ ਵਿੱਚ ਦੇਸੀ ਘਿਓ ਭਰਿਆ ਸੀ ਪਰ ਉਹਨਾਂ ਦੇ ਉੱਤੇ ਵੱਖ ਵੱਖ ਕੰਪਨੀਆਂ ਦੇ ਲੇਬਲ ਲੱਗੇ ਹੋਏ ਸਨ। ਜਦੋਂ ਅਧਿਕਾਰੀਆਂ ਨੇ ਡੱਬੇ ਖੋਲ ਕੇ ਘਿਓ ਦੀ ਚੈਕਿੰਗ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਆ ਕਿ ਖੁਸ਼ਬੂ ਦੇਸੀ ਘਿਓ ਵਰਗੀ ਹੈ, ਪਰ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜੋ ਕਿ ਜਾਂਚ ਤੋਂ ਬਾਅਦ ਹੀ ਸਾਫ਼ ਹੋਏਗਾ। ਇਹ ਸਾਰੀ ਕਾਰਵਾਈ ਫਿਰੋਜ਼ਪੁਰ ਦੇ ਵਿੱਚ ਹੋਈ ਹੈ। ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਦੀ ਟੀਮ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੇ 35 ਕੁਇੰਟਲ ਘਿਓ ਪਿਆ ਸੀ, ਜਿਨ੍ਹਾਂ ਤੇ ਵੱਖ ਵੱਖ ਕੰਪਨੀਆਂ ਦੇ ਲੇਬਲ ਲੱਗੇ ਹੋਏ ਸਨ। ਅਧਿਕਾਰੀਆਂ ਦੇ ਵੱਲੋਂ ਇਹ ਸਾਰਾ ਘਿਓ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਸੈਂਪਲ ਵੀ ਭੇਜ ਦਿੱਤੇ ਗਏ ਨੇ। ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ। ਆਪਣੇ ਫਿਰੋਜ਼ਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਘਿਓ ਸਪਲਾਈ ਹੋ ਰਿਹਾ। ਅਸੀਂ ਇੱਕ ਦੋ ਥਾਵਾਂ 'ਤੇ ਫੜਿਆ, ਕੈਂਟ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੋਂ ਮਾਲ ਆ ਰਿਹਾ। ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤਾਂ ਇਹਨਾਂ ਦੇ ਓਨਰ ਸੀਗੇ, ਕਾਫੀ ਲੇਟ ਆਏ ਆ। ਸਾਡੇ ਫੋਨ ਕਰਨ ਤੋਂ ਘੱਟੋ ਘੱਟ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਹੈ, ਪਰ ਫਿਲਹਾਲ ਦੀ ਘੜੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਡ ਫੜ ਲਿਆ। ਉਹਦੇ 'ਚ ਕੀ ਹੈ, ਦੇਖੋ ਜਿਹੜੇ ਹੁਣ ਸੀਜ਼ਨ, ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲਦਾ ਪਿਆ, ਦੇਸੀ ਘਿਓ ਆ ਰਿਹਾ। ਲੋਕ ਆਪਣੇ ਘਰ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ 100 ਰੁਪਏ ਦਾ ਵੀ ਚਾਹੀਦਾ, 200 ਦਾ ਵੀ ਚਾਹੀਦਾ, ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਫ੍ਰੈਗਨੈਂਸ ਹੈਗੀ ਹੈ ਦੇਸੀ ਘਿਓ ਵਰਗੀ ਹੈ, ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੈ ਪਾਮ ਆਇਲ ਹਾਈਡਰੋਜਨੇਟਡ ਆਇਲ ਕੀਤਾ ਹੋਇਆ, ਅਸੀਂ ਉਹ ਕੇ ਵੀ ਚੈੱਕ ਕੀਤਾ ਸੀਗਾ। ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ, ਅਸੀਂ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਉਹਨੂੰ ਸੀਜ਼ ਕਰਦੇ ਪਏ ਹਾਂ, ਔਰ ਰਿਪੋਰਟ ਆਉਣ ਤੋਂ ਬਾਅਦ ਹੀ ਇਹਨੂੰ ਇੱਥੇ ਕਾਰਵਾਈ ਕੀਤੀ ਜਾਏਗੀ। ਕਿੰਨਾ ਮਾਲ ਜਿਹੜਾ ਸਰ ਹੁਣ ਇੱਥੋਂ ਇਸ ਵੇਲੇ ਫੜਿਆ ਗਿਆ ਜੀ? ਲਗਭਗ 35 ਕੁਇੰਟਲ ਦੇ ਲਗਭਗ। ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ? ਹਾਂ, ਇੱਕ ਵਾਰੀ ਮਾਲ ਸੈਂਪਲ ਲੈ ਕੇ ਮਾਲ ਸੀਲ ਕਰ ਦੇਵਾਂਗੇ, ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ 'ਚ ਮੰਗਾ ਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਅਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ? ਯੈਸ, ਅਸਿਊਮ ਟੂ ਬੀ ਸਸਪੈਕਟਡ ਆ, ਕਿਉਂਕਿ ਨਾ ਸਾਨੂੰ ਜਿਹੜਾ ਐਕਚੁਅਲੀ ਨਾ ਬਾਜ਼ਾਰ ਦੇ ਵਿੱਚ 60 ਘਿਓ ਆਉਂਦਾ, ਜੋ ਕਿ ਬੜਾ ਹੀ ਚੰਗਾ ਅੱਛਾ, ਉਹਦੀ ਸਾਨੂੰ ਉਹਦੀ ਕਾਪੀ ਲੱਗੀ ਆ। ਇਹ ਇੱਥੇ ਲਿਖਿਆ ਸਿਰਤੀ, ਨੋਟ 60, ਜਸ ਸਿਰਤੀ। ਅਤੇ ਕੁਛ ਚੀਜ਼ਾਂ ਦੇਖੀਆਂ ਜਿਹੜੀਆਂ ਪਈਆਂ ਗਈਆਂ ਸਾਨੂੰ, ਜਿਹੜੇ ਸ਼ੱਕ ਦੇ ਦਾਇਰੇ 'ਚ ਸਾਨੂੰ ਇਹਨੂੰ ਲਿਆਉਂਦੀਆਂ। ਸੋ ਅਸੀਂ ਟੋਟਲ ਮਾਲ ਚੈੱਕ ਕਰਾਵਾਂਗੇ, ਉਹ 'ਚ ਜੋ ਆਈ ਆ ਕੰਪਲੇਂਟ ਆਈ ਆ ਸਾਡੇ ਕੋਲ ਆਈ ਆ ਜਾਂ ਰਿਪੋਰਟ ਆਏਗੀ, ਸਾਡੇ ਕੋਲ ਤੁਹਾਡੇ ਕਾਰਵਾਈ। ਫੂਡ ਸੇਫਟੀ ਵਿਭਾਗ ਦੇ ਵੱਲੋਂ ਇੱਕ ਵੱਡੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਜਿੱਥੇ ਇੱਕ ਦੁਕਾਨ ਦੇ ਵਿੱਚੋਂ 35 ਕੁਇੰਟਲ ਦੇਸੀ ਘਿਓ ਜ਼ਬਤ ਕੀਤਾ ਗਿਆ, ਜਿਸ ਵਿੱਚ ਮਿਲਾਵਟ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਦਰਅਸਲ ਲੋਕਾਂ ਦੇ ਵੱਲੋਂ ਹੀ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇੱਕ ਦੁਕਾਨ ਦੇ ਵਿੱਚ ਨਕਲੀ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਅਤੇ ਅਚਨਚੇਤ ਛਾਪੇਮਾਰੀ ਕੀਤੀ ਜਾਂਦੀ ਹੈ, ਜਿਸ ਦੌਰਾਨ ਦੁਕਾਨ ਦੇ ਵਿੱਚ 35 ਕੁਇੰਟਲ ਘਿਓ ਦੇ ਡੱਬੇ ਪਏ ਹੋਏ ਸਨ, ਜਿਨ੍ਹਾਂ ਦੇ ਵਿੱਚ ਦੇਸੀ ਘਿਓ ਭਰਿਆ ਸੀ ਪਰ ਉਹਨਾਂ ਦੇ ਉੱਤੇ ਵੱਖ ਵੱਖ ਕੰਪਨੀਆਂ ਦੇ ਲੇਬਲ ਲੱਗੇ ਹੋਏ ਸਨ। ਜਦੋਂ ਅਧਿਕਾਰੀਆਂ ਨੇ ਡੱਬੇ ਖੋਲ ਕੇ ਘਿਓ ਦੀ ਚੈਕਿੰਗ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਆ ਕਿ ਖੁਸ਼ਬੂ ਦੇਸੀ ਘਿਓ ਵਰਗੀ ਹੈ, ਪਰ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਟੀਆ ਮਟੀਰੀਅਲ ਵਰਤਿਆ ਗਿਆ, ਜੋ ਕਿ ਜਾਂਚ ਤੋਂ ਬਾਅਦ ਹੀ ਸਾਫ਼ ਹੋਏਗਾ। ਇਹ ਸਾਰੀ ਕਾਰਵਾਈ ਫਿਰੋਜ਼ਪੁਰ ਦੇ ਵਿੱਚ ਹੋਈ ਹੈ। ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਦੀ ਟੀਮ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੇ 35 ਕੁਇੰਟਲ ਘਿਓ ਪਿਆ ਸੀ, ਜਿਨ੍ਹਾਂ ਤੇ ਵੱਖ ਵੱਖ ਕੰਪਨੀਆਂ ਦੇ ਲੇਬਲ ਲੱਗੇ ਹੋਏ ਸਨ। ਅਧਿਕਾਰੀਆਂ ਦੇ ਵੱਲੋਂ ਇਹ ਸਾਰਾ ਘਿਓ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਸੈਂਪਲ ਵੀ ਭੇਜ ਦਿੱਤੇ ਗਏ ਨੇ। ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ।
ਆਪਣੇ ਫਿਰੋਜ਼ਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਘਿਓ ਸਪਲਾਈ ਹੋ ਰਿਹਾ, ਅਸੀਂ ਇੱਕ ਦੋ ਥਾਵਾਂ 'ਤੇ ਫੜਿਆ ਕੈਂਟ ਸਿਟੀ ਦੇ ਵਿੱਚ, ਸਾਨੂੰ ਪਤਾ ਲੱਗਿਆ ਵੀ ਇੱਥੋਂ ਮਾਲ ਆ ਰਿਹਾ। ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤਾਂ ਇਹਨਾਂ ਦੇ ਓਨਰ ਸੀਗੇ, ਕਾਫੀ ਲੇਟ ਆਏ ਆ, ਸਾਡੇ ਫੋਨ ਕਰਨ ਤੋਂ ਘੱਟੋ ਘੱਟ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਹੈ। ਪਰ ਫਿਲਹਾਲ ਦੀ ਘੜੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਅਚੰਬਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਡ ਫੜ ਲਿਆ। ਉਹਦੇ 'ਚ ਕੀ ਆ, ਦੇਖੋ ਜਿਹੜੇ ਹੁਣ ਸੀਜ਼ਨ, ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲਦਾ ਪਿਆ, ਦੇਸੀ ਘਿਓ ਆ ਰਿਹਾ, ਲੋਕ ਆਪਣੇ ਘਰ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ 100 ਰੁਪਏ ਦਾ ਵੀ ਚਾਹੀਦਾ, 200 ਦਾ ਵੀ ਚਾਹੀਦਾ। ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਫ੍ਰੈਗਨੈਂਸ ਹੈਗੀ ਹੈ ਦੇਸੀ ਘਿਓ ਵਰਗੀ ਹੈ, ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੈ ਪਾਮ ਆਇਲ ਹਾਈਡਰੋਜਨੇਟਡ ਆਇਲ ਕੀਤਾ ਹੈਗਾ, ਅਸੀਂ ਸੁਣ ਕੇ ਵੀ ਚੈੱਕ ਕੀਤਾ ਸੀਗਾ। ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ, ਅਸੀਂ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਉਹਨੂੰ ਸੀਜ਼ ਕਰਦੇ ਪਏ ਹਾਂ, ਔਰ ਰਿਪੋਰਟ ਆਉਣ ਤੋਂ ਬਾਅਦ ਹੀ ਇਹਨੂੰ ਇੱਥੇ ਕਾਰਵਾਈ ਕੀਤੀ ਜਾਏਗੀ। ਕਿੰਨਾ ਮਾਲ ਜਿਹੜਾ ਸਰ ਹੁਣ ਇੱਥੋਂ ਇਸ ਵੇਲੇ ਫੜਿਆ ਗਿਆ ਜੀ? ਲਗਭਗ 35 ਕੁਇੰਟਲ ਦੇ ਲਗਭਗ। ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ? ਹਾਂ, ਇੱਕ ਵਾਰੀ ਮਾਲ ਸੈਂਪਲ ਲੈ ਕੇ ਮਾਲ ਸੀਲ ਕਰ ਦੇਵਾਂਗੇ, ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ 'ਚ ਮੰਗਾ ਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਅਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ? ਯੈਸ, ਅਸੀਂ ਹੁਣ ਵੀ ਸਸਪੈਕਟਡ ਆ, ਕਿਉਂਕਿ ਨਾ ਸਾਨੂੰ ਜਿਹੜਾ ਐਕਚੁਲੀ ਨਾ ਬਾਜ਼ਾਰ ਦੇ ਵਿੱਚ 60 ਘਿਓ ਆਉਂਦਾ ਜੋ ਕਿ ਬੜਾ ਹੀ ਚੰਗਾ ਅੱਛਾ ਹੈ, ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ। ਇਹ ਇੱਥੇ ਲਿਖਿਆ ਸਿਰਤੀ, ਨੋਟ 60, ਜਸਟ ਸਿਰਤੀ। ਅਤੇ ਕੁਛ ਚੀਜ਼ਾਂ ਦੇਖੀਆਂ ਜਿਹੜੀਆਂ ਪਈਆਂ ਗਈਆਂ ਸਾਨੂੰ ਜਿਹੜੇ ਸ਼ੱਕ ਦੇ ਦਾਇਰੇ 'ਚ ਸਾਨੂੰ ਇਹਨੂੰ ਲਿਆਉਂਦੀਆਂ। ਸੋ ਇਹ ਟੋਟਲ ਮਾਲ ਚੈੱਕ ਕਰਾਵਾਂਗੇ, ਉਹ 'ਚ ਜੋ ਆਈ ਆ ਕੰਪਲੇਂਟ ਆਈ ਆ ਸਾਡੇ ਕੋਲ ਆਈ ਆ ਜਾਂ ਰਿਪੋਰਟ ਆਏਗੀ ਸਾਡੇ ਕੋਲ।